ਪਿਆਰੇ ਬੱਚੇ ਸਾਰਿਆਂ ਨੂੰ ਵਿਆਪਕ ਸਤਿ ਸ੍ਰੀ ਅਕਾਲ ਹਾਂ ਬੇਟਾ ਨਵੋਦਿਆ ਦਾਖਲਾ ਪਿੱਖਿਆ ਤਿਆਰੀ ਦੀ ਆਪਾਂ ਮੋਕ ਟੈਸਟ ਆਰ 529 ਦੇ 25 ਨੰਬਰ ਸਵਾਲ ਤੇ ਆ ਗਏ ਬੇਟਾ ਇਹ ਸਵਾਲ ਬੇਟਾ ਬਹੁਤ ਮਹੱਤਵਪੂਰਨ ਹੈ ਮਿਰਰ ਇਮੇਜ ਨਾਲ ਸੰਬੰਧ ਰੱਖਦੇ ਆ ਤੇ ਬੇਟਾ ਇਹਦੇ ਵਿੱਚ ਇਕਿਰਤੀ ਦਿੱਤੀ ਹੁੰਦੀ ਹੈ ਇਕਿਰਤੀ ਦੇ ਕੇ ਉਹਦੇ ਇੱਕ ਪਾਸੇ ਮਿਰਰ ਦੀ ਛਵੀ XY ਦਿੱਤਾ ਦਿੱਤਾ ਹੁੰਦਾ ਠੀਕ ਹੈ ਜਿਹੜੇ ਪਾਸੇ ਮਿਰਰ ਦਿੱਤਾ ਹੁੰਦਾ ਉਹ ਪੁੱਛਦਾ ਉਸ ਪਾਸੇ ਜੇ ਸ਼ੀਸ਼ਾ ਰੱਖ ਦਿੱਤਾ ਜਾਵੇ ਤਾਂ ਇਹ ਛਵੀ ਕਿੱਦਾਂ ਦੀ ਬਣੂਗੀ ਉਹਦੇ ਵਿੱਚ ਠੀਕ ਹੈ ਬੇਟਾ ਇੱਕ ਤਾਂ ਬੇਟਾ ਮੈਂ ਤੁਹਾਨੂੰ ਦੱਸਿਆ ਸੀ ਪਾਸਵੇਂ ਉਲਟਾ ਪ੍ਰਤੀਬਿੰਬ ਬਣਦਾ ਠੀਕ ਹੈ ਜਾਂ ਜੇ ਇਹ ਟਰਾਂਸਪੇਰੈਂਟ ਪੇਪਰ ਤੇ ਤੇ ਇਹ ਉਲਟਾ ਕਰ ਦਈਏ ਤਾਂ ਇਹ ਕਿੱਦਾਂ ਦੀ ਛਵੀ ਹੈ ਜਿਹੜੀ ਦਿਖੂਗੀ ਠੀਕ ਹੈ ਜੇ ਤਾਂ ਬੇਟਾ ਸਮਝ ਆਉਂਦਾ ਤੁਹਾਨੂੰ ਵੀ ਇਸ ਤਰ੍ਹਾਂ ਦੀ ਦੇਖੂਗੀ ਫਿਰ ਠੀਕ ਹੈ ਆਹ ਜਿਹੜੀਆਂ ਅੱਖਾਂ ਇਹਦੀਆਂ ਇਹ ਉਤਾਂ ਨੂੰ ਚੜ ਚਿੱਟੇ ਵਾਲਾ ਪੋਰਸ਼ਨ ਉਤਾਂ ਨੂੰ ਚਲ ਜੂਗਾ ਠੀਕ ਹੈ ਜੇ ਨਹੀਂ ਸਮਝ ਆਉਂਦੀ ਬੇਟਾ ਫਿਰ ਤੁਸੀਂ ਕੀ ਕਰਨਾ ਇਹਦੇ ਉੱਤੇ ਪੈਨਸਲ ਦੇ ਨਾਲ ਜ਼ੋਰ ਦੇ ਨਾਲ ਲਿਖ ਲੈਣਾ ਤੁਹਾਡੇ ਕੋਲੇ ਪੇਪਰ ਹੋਊਗਾ ਨਾ ਜਿੱਥੇ ਪੇਪਰ ਮਿਲੂਗਾ ਹਰ ਚੀਜ਼ ਤੇ ਜ਼ੋਰ ਨਾਲ ਘਰੋੜ ਕੇ ਲਿਖ ਲੈਣਾ ਜਾਂ ਪੈਨ ਨਾਲ ਡਾਰਕ ਲਿਖ ਲੈਣਾ ਲਿਖ ਕੇ ਬੇਟਾ ਤੇ ਆਹ ਦੇਖੋ ਬੇਟਾ ਇਹ ਕਿੱਦਾਂ ਦੀ ਸ਼ਕੀ ਬਣੂਗੀ ਇਹ ਇਦਾਂ ਦੀ ਸ਼ਕੀ ਆਹੀ ਬਣਦੀ ਪਈ ਹੈ ਬੇਟਾ ਠੀਕ ਹੈ ਬੇਟਾ ਤੇ ਹੁਣ ਸ਼ੀਸ਼ਾ ਕਿਹੜੇ ਪਾਸੇ ਆ ਇਹ ਹੇਠਲੇ ਪਾਸੇ ਜਿਸ ਪਾਸੇ ਨੂੰ ਸ਼ੀਸ਼ਾ ਹੈਗਾ ਬੇਟਾ ਤੁਸੀਂ ਪੇਪਰ ਨੂੰ ਉਸ ਪਾਸੇ ਨੂੰ ਪਲਟ ਲੈਣਾ ਹੈ ਠੀਕ ਹੈ ਬੇਟਾ ਬਿਲਕੁਲ ਇਹਦੇ ਵਾਂਗੂ ਆ ਅੱਖਾਂ ਨਿੱਕੀ ਨਿੱਕੀ ਪੁਆਇੰਟ ਦਾ ਧਿਆਨ ਰੱਖਣਾ ਕੰਨ ਕਿੱਦਾਂ ਦੇ ਆ ਮੂੰਹ ਕਿੱਦਾਂ ਦਾ ਠੀਕ ਹੈ ਨੱਕ ਕਿਵੇਂ ਆ ਠੀਕ ਹੈ ਤੇ ਆ ਅੱਖਾਂ ਦੇ ਉੱਪਰਲੇ ਪਾਸੇ ਉਹ ਚਿੱਟੀਆਂ ਨੇ ਇਹਦੀਆਂ ਵੀ ਇਦਾਂ ਦੀ ਇਕਤਤੀ ਬਣਾ ਲੈਣੀ ਹੈ ਬਣਾ ਕੇ ਜਿਸ ਪਾਸੇ ਸ਼ੀਸ਼ਾ ਉਸ ਪਾਸੇ ਨੂੰ ਅਸੀਂ ਇਹਨੂੰ ਪਲਟ ਦਵਾਂਗੇ ਬੇਟਾ ਇਦਾਂ ਦੀ ਇਕਤਤੀ ਆ ਜਿਹੜੀ ਸਾਨੂੰ ਦਿਖਾਈ ਦੇਊਗੀ ਠੀਕ ਹੈ ਤਾਂ ਆਪਾਂ ਦੇਖਦੇ ਹਾਂ ਇਹ ਇਕਤਤੀ ਹੈ ਜਿਹੜੀ ਕਿੱਥੇ ਦਿਖਾਈ ਦਿੰਦੀ ਹੈ ਬੇਟਾ ਜਦੋਂ ਬੇਟਾ ਅਸੀਂ ਧਿਆਨ ਦੇ ਨਾਲ ਦੇਖਦੇ ਆ ਤਾਂ ਆਹ ਦੇਖੋ ਬੇਟਾ a1 ਕਿਰਤੀ ਹੈ ਜਿਹੜੀ ਬਿਲਕੁਲ ਇਦਾਂ ਦੀ ਕਿਰਤੀ ਬਣਦੀ ਪਈ ਹੈ a1 ਕਿਰਤੀ ਠੀਕ ਹੈ ਉਸੇ ਤਰ੍ਹਾਂ ਹੀ ਆ ਅੱਖਾਂ ਉੱਪਰਲੇ ਪਾਸੇ ਨੂੰ ਇਹਦੀਆਂ ਅੱਖਾਂ ਉੱਪਰਲੇ ਪਾਸੇ ਨੂੰ ਆ ਚਿੱਟੀਆਂ ਵਾਲਾ ਪੋਰਸ਼ਨ ਹੈ ਜਿਹੜਾ ਭਾਵੇਂ ਸੀ ਵੀ ਸੇਮ ਆ ਪਰ ਬੇਟਾ ਇਹਦੀਆਂ ਅੱਖਾਂ ਚਿੱਟਾ ਵਾਲਾ ਪੋਰਸ਼ਨ ਥੱਲੇ ਚਲਾ ਗਿਆ ਜਦੋਂ ਕਿ ਇਹਦੀਆਂ ਅੱਖਾਂ ਦਾ ਚਿੱਟਾ ਵਾਲਾ ਪੋਰਸ਼ਨ ਆ ਜਿਹੜਾ ਉਹ ਉੱਪਰ ਨੂੰ ਆਉਂਦਾ ਪਿਆ ਬਾਕੀ ਸਾਰੀ ਕਿਰਤੀ ਉਸੇ ਤਰ੍ਹਾਂ ਸੇਮ ਬਣਦੀ ਪਈ ਐ ਇਸ ਕਰਕੇ A1 ਨੂੰ ਅਸੀਂ ਐਜ਼ ਅ ਰਾਈਟ ਆਨਸਰ ਟਿਕ ਕਰ ਦਵਾਂਗੇ ਅੱਗੇ ਆ ਗਿਆ ਬੇਟਾ ਸਵਾਲ ਨੰਬਰ 26 ਸਵਾਲ ਨੰਬਰ 26 ਦੇ ਵਿੱਚ ਬੇਟਾ ਆ ਇੱਕ ੜੀ ਬਣਾਈ ਹੋਈ ਐ ਕਹਿੰਦਾ ਜੀ ਇਸ ਪਾਸੇ ਅਸੀਂ ਮਿਰਰ ਲਾ ਦਵਾਂਗੇ ਐਸੇ ਕਿਰਤੀ ਦੇ ਤਾਂ ਇਹ ਕਿਦਾਂ ਦੀ ਕਿਰਤੀ ਐ ਜਿਹੜੀ ਦਿਖਾਈ ਦੇਊਗੀ ਠੀਕ ਐ ਬੇਟਾ ਤੇ ਜਿਤਾ ਬੇਟਾ ਸਾਨੂੰ ਪਤਾ ਲੱਗਦਾ ਸਮਝ ਆਉਂਦੀ ਐ ਫਿਰ ਤਾਂ ਅਸੀਂ ਸਿੱਧਾ ਹੀ ਉੱਤਰ ਦੇ ਸਕਦੇ ਹਾਂ ਜੇਕਰ ਸਾਨੂੰ ਨਹੀਂ ਸਮਝ ਆਉਂਦੀ ਪੀ ਬੇਟਾ ਤਾਂ ਫਿਰ ਅਸੀਂ ਇਹਦੇ ਤੇ ਡਾਰਕ ਕਰਕੇ ਲਿਖ ਲਵਾਂਗੇ ਤੇ ਜੇ ਇਸ ਪਾਸੇ ਨੂੰ ਹੈਗਾ ਪੇਪਰ ਨੂੰ ਡਾਰਕ ਕਰਕੇ ਉਸ ਪਾਸੇ ਨੂੰ ਅਸੀਂ ਪੇਪਰ ਜਿਹੜਾ ਉਹ ਮੂੜ ਲਵਾਂਗੇ ਠੀਕ ਹੈ ਬੇਟਾ ਤਾਂ ਜਦੋਂ ਅਸੀਂ ਤਾਂ ਸਮਝ ਆਉਂਦੀ ਵੀ ਆਹ ਉੱਤਰ ਬਣਦਾ ਪਿਆ ਇਸ ਤਰ੍ਹਾਂ ਪਲਟੂਗਾ ਪਾਸਾ ਠੀਕ ਹੈ ਨਹੀਂ ਪਤਾ ਲੱਗਦਾ ਪਿਆ ਤੇ ਫਿਰ ਬੇਟਾ ਇਦਾਂ ਦੀ ਘੜੀ ਬਣਾ ਲਵਾਂਗੇ ਬਣਾ ਕੇ ਆਹੀ ਘੜੀ ਬਣਦੀ ਪਈ ਹੈ ਬੇਟਾ 3 6 9 12 ਇਦਾਂ ਹੀ ਲਿਖੇ ਹੋਏ ਆ ਫਿਰ ਬੇਟਾ ਸ਼ੀਸ਼ਾ ਕਿਹੜੇ ਪਾਸੇ ਆ ਸੱਜੇ ਹੱਥ ਜਿਹੜੇ ਪਾਸੇ ਸ਼ੀਸ਼ਾ ਉਸ ਪਾਸੇ ਨੂੰ ਅਸੀਂ ਪੇਪਰ ਨੂੰ ਇਸ ਤਰ੍ਹਾਂ ਕਰਕੇ ਪਲਟ ਲੈਣਾ ਤਾਂ ਆ ਪਲਟ ਕੇ ਬੇਟਾ ਆਹ ਕਹਿੰਦੀ ਹੈ ਜਿਹੜੀ ਸਾਨੂੰ ਦਿਖਾਈ ਦਊਗੀ ਜਦੋਂ ਅਸੀਂ ਧਿਆਨ ਦੇ ਨਾਲ ਆਬਜ਼ਰਵ ਕਰਦੇ ਆ ਤਾਂ ਬੇਟਾ ਆਹ ਦੇਖੋ ਆਹ ਕਹਿੰਦੀ ਹੈ ਜਿਹੜੀ ਬੀ ਹੈ ਕਹਿੰਦੀ ਬਿਲਕੁਲ ਇਹਦੇ ਵਰਗੀ ਬਣਦੀ ਪਈ ਹੈ ਘੜੀ ਦੀਆਂ ਸੂਈਆਂ ਵੀ ਉਸੇ ਤਰ੍ਹਾਂ ਹੀ ਆ ਤਾਂ 6 9 ਦੀ ਕਹਿੰਦੀ ਇਹਦੇ 3 ਦੀ ਵੀ ਉਦੇ ਤਰ੍ਹਾਂ 12 ਦੀ ਵੀ ਇਸ ਤਰ੍ਹਾਂ ਹੀ ਬਣਦੀ ਪਈ ਹੈ ਤਾਂ a ਬਟਾ b1 ਹੈ ਜਿਹੜਾ ਸਾਡਾ ਰਾਈਟ ਆਨਸਰ ਬਣ ਜਾਊਗਾ b1 ਨੂੰ ਅਸੀਂ ਐਜ਼ ਦੇ ਰਾਈਟ ਆਨਸਰ ਟਿਕ ਕਰ ਦਵਾਂਗੇ ਠੀਕ ਹੈ ਬਟਾ ਅੱਗੇ ਆ ਗਿਆ ਬਟਾ ਸਵਾਲ ਨੰਬਰ 27 ਸਵਾਲ ਨੰਬਰ 27 ਨੂੰ ਵੀ ਧਿਆਨ ਨਾਲ ਆਬਜ਼ਰਵ ਕਰੋ ਬਟਾ ਤਾਂ ਬਟਾ ਸਵਾਲ ਨੰਬਰ 27 ਦੇ ਵਿੱਚ ਦੇਖੋ ਆ ਕਿਰਤੀ ਬਣੀ ਹੋਈ ਹੈ ਤਾਂ ਆ ਕਿਰਤੀ ਦੇ ਵਿੱਚ ਬਟਾ ਇਧਰਲੇ ਹੱਥ ਸੱਜੇ ਹੱਥ ਦੇਖੋ ਆ ਮਿਰਰ ਸ਼ੋ ਕਰਦਾ ਪਿਆ ਵੀ ਆ ਮਿਰਰ ਹੈ ਕਹਿੰਦਾ ਸ਼ੀਸ਼ੇ ਚ ਆ ਕੇ ਤੀ ਕਿਵੇਂ ਦੇਖੂ ਬੇਟਾ ਜ਼ੀਰੋ ਤਾਂ ਉਵੇਂ ਹੀ ਰਹਿ ਜਾਣੀ ਠੀਕ ਐ ਆ ਜਿਹੜਾ ਤੀਰ ਦਾ ਨਿਸ਼ਾਨ ਹੈਗਾ ਇਹ ਪਰਾਂ ਨੂੰ ਚਲਾ ਜਾਊਗਾ ਠੀਕ ਐ ਤੇ ਆ ਜਿਹੜਾ ਆ ਬਣਿਆ ਵਰਗ ਜਿਹਾ ਬਣਿਆ ਇਹ ਵੀ ਪਰਲੇ ਪਾਸੇ ਨਾਲ ਆਜੂ ਈ ਉਲਟ ਜਾਊਗਾ ਜੇ ਸਾਨੂੰ ਸਮਝ ਆਉਂਦੀ ਪਈ ਐ ਵੀ ਆ ਬਣਦੀ ਪਈ ਐ ਇਹਦੀ ਠੀਕ ਐ ਇਹਦਾ ਉੱਤਰ ਸਾਨੂੰ ਜੇ ਤਾਂ ਬੇਟਾ ਵੈਸੇ ਹੀ ਸਮਝ ਆਉਂਦਾ ਪਿਆ ਫੇਰ ਸਾਨੂੰ ਉਧਰਲੇ ਪਾਸੇ ਜਾਣ ਦੀ ਲੋੜ ਨਹੀਂ ਵੀ ਇਹ ਡੀ ਬਣਦਾ ਪਿਆ ਜੇ ਨਹੀਂ ਸਮਝ ਆਉਂਦਾ ਪਏ ਬੇਟਾ ਫਿਰ ਅਸੀਂ ਇਹਦੇ ਉੱਤੇ ਕਰੋੜ ਕੇ ਲਿਖ ਲਵਾਂਗੇ ਇਦਾਂ ਦਾ ਲਿਖਿਆ ਜਾਊਗਾ ਬੇਟਾ ਜਦੋਂ ਇਦਾਂ ਦਾ ਲਿਖ ਲਿਆ ਬੇਟਾ ਤਾਂ ਇਹਨੂੰ ਸ਼ੀਸ਼ੇ ਵਾਲੇ ਪਾਸੇ ਨੂੰ ਇਸ ਤਰ੍ਹਾਂ ਕਰਕੇ ਅਸੀਂ ਪਲਟ ਲਵਾਂਗੇ ਜਦੋਂ ਬੇਟਾ ਸ਼ੀਸ਼ੇ ਵਾਲੇ ਪਾਸੇ ਨੂੰ ਪਲਟਾਂਗੇ ਤਾਂ ਆਹ ਦੇਖੋ ਬੇਟਾ D1 ਅਕਿਰਤੀ ਵਰਗੀ ਅਕਿਰਤੀ ਬਣਦੀ ਪਈ ਹੈ ਜਮਾਂ ਬਿਲਕੁਲ ਸੇਮ ਬਣਦੀ ਪਈ ਹੈ ਇਹਦੇ ਨਾਲ ਦੀ ਤੇ D1 ਅਕਿਰਤੀ ਨੂੰ ਅਸੀਂ ਐਜ਼ ਦੇ ਰਾਈਟ ਆਨਸਰ ਟਿਕ ਕਰ ਦਵਾਂਗੇ ਠੀਕ ਹੈ ਬੇਟਾ ਤਾਂ ਅੱਗੇ ਆ ਗਿਆ ਬੇਟਾ ਸਵਾਲ ਨੰਬਰ 28 ਸਵਾਲ ਨੰਬਰ 28 ਨੂੰ ਵੀ ਧਿਆਨ ਦੇ ਨਾਲ ਦੇਖੋ ਬੇਟਾ ਤਾਂ ਆਹ ਬੇਟਾ ਡਾਟ ਲੱਗਿਆ ਹੋਇਆ ਆ ਇੱਕ ਤਰ੍ਹਾਂ ਦਾ ਦਰਖਤ ਸਮਝ ਲਓ ਦਰਖਤ ਦੀ ਸ਼ਕਲ ਬਣਾਈ ਹੋਈ ਹੈ ਜਾਂ ਇਹ ਕੋਈ ਫਲਾਵਰ ਟਾਈਪ ਦੀ ਸ਼ਕਲ ਹੈਗੀ ਹੈ ਠੀਕ ਹੈ ਬੇਟਾ ਤਾਂ ਇਧਰਲੇ ਪਾਸੇ ਮਿਰਰ ਦੇ ਵਿੱਚ ਇਹ ਸ਼ਕਲ ਕਿਵੇਂ ਦੀ ਦਿਖੂਗੀ ਵੈਸੇ ਬੇਟਾ ਸਾਨੂੰ ਪਤਾ ਵੀ ਆਹ ਕਾਲਾ ਪੋਰਸ਼ਨ ਪਰਲੇ ਪਾਸੇ ਨੂੰ ਚਲ ਜੂ ਆਹ ਡਾਟ ਇੱਥੇ ਦਾ ਇੱਥੇ ਹੀ ਰਹਿ ਜੂ ਬਾਕੀ ਸਾਰੀ ਕਿਰਤੀ ਤਾਂ ਸੇਮ ਹੀ ਰਹਿ ਜਾਣੀ ਹੈ ਠੀਕ ਹੈ ਸਿੰਪਲ ਜੀ ਗੱਲ ਹੈਗੀ ਆ ਆ ਚੀਜ਼ ਇੱਥੇ ਹੀ ਐਸ ਹਾਥੀ ਰਹਿ ਜਾਣੀ ਮਤਲਬ ਇਧਰਲੇ ਹੱਥ ਆ ਜਾਣੀ ਜਦੋਂ ਇਹ ਸ਼ਵੀ ਪਲਟੂਗੀ ਠੀਕ ਹੈ ਆ ਚੀਜ਼ ਪਰਲੇ ਪਾਸੇ ਨੂੰ ਚਲੀ ਜਾਣੀ ਹੈ ਤਾਂ ਬੇਟਾ ਇਹਦੇ ਤੋਂ ਸਾਨੂੰ ਸਪਸ਼ਟ ਹੀ ਦਿਖਾਈ ਦਿੰਦਾ ਪਿਆ ਹੈ ਵੀ ਇਹ ਬੀ ਵਨ ਆਨਸਰ ਬਣੂਗਾ ਜੇਕਰ ਸਾਨੂੰ ਸਮਝ ਨਹੀਂ ਆਉਂਦਾ ਪਿਆ ਤਾਂ ਫਿਰ ਬੇਟਾ ਅਸੀਂ ਆ ਕਿਰਤੀ ਜਿਹੜੀ ਆ ਬਣਾ ਲਵਾਂਗੇ ਡਾਰਕ ਕਰਕੇ ਬਣਾ ਕੇ ਤੇ ਸ਼ੀਸ਼ੇ ਵਾਲੇ ਪਾਸੇ ਨੂੰ ਬੇਟਾ ਅਸੀਂ ਇਹਨੂੰ ਪਲਟ ਦਵਾਂਗੇ ਅਤੇ ਆਹ ਦੇਖੋ ਬੇਟਾ b ਵਰਗੀ ਕਿਰਤੀ ਬਣਦੀ ਪਈ ਹੈ ਬਿਲਕੁਲ ਠੀਕ ਹੈ ਤਾਂ b1 ਨੂੰ ਅਸੀਂ ਐਸ ਦੇ ਰਾਈਟ ਆਨਸਰ ਟਿਕ ਕਰ ਦਵਾਂਗੇ ਜੇ ਸਿੱਧਾ ਸਮਝ ਆਉਂਦਾ ਸਿੱਧਾ ਲਾ ਦਿਓ ਨਹੀਂ ਤਾਂ ਬੇਟਾ ਉਹਨੂੰ ਡਾਰਕ ਕਰਕੇ ਦੇਖ ਲਓ ਰੋਸ਼ਨੀ ਵਾਲੇ ਪਾਸੇ ਨੂੰ ਕਰਕੇ ਤਾਂ b1 ਸਾਡਾ ਰਾਈਟ ਆਨਸਰ ਆ ਜਾਊਗਾ ਸੋ ਬੇਟਾ a ਸੀਗਾ ਇਹਦਾ ਸਵਾਲ ਨੰਬਰ 28 ਅਗਲੇ ਸਵਾਲਾਂ 'ਪਾ ਅਗਲੀ ਵੀਡੀਓ ਵਿੱਚ ਸ਼ੇਅਰ ਕਰਦੇ ਹਾਂ ਤੁਸੀਂ ਜੋ ਪਿਆਰੇ ਬੱਚਿਆਂ ਨੇ ਵੀਡੀਓ ਦੇਖ ਕੇ ਸੇਵਾ ਦਾ ਮੌਕਾ ਦਿੱਤਾ ਇਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਬਟਾ ਜੀ